ਉਹਦਾ ਤਾਂ ਕੋਈ ਵੀ ਸਰਕਾਰ ਕੋਲ ਆਪਦਾ ਅਧਿਕਾਰ ਹੈ ਫੈਸਲਾ ਕਰਨ ਦਾ ਵੀ ਕੀ ਚਾਹੁੰਦੇ ਨੇ, ਅਤੇ ਹੁਣ ਉਹ ਤਾਂ ਆ ਕੇ ਸਮਾਂ ਦੱਸੇਗਾ ਵੀ ਉਹਦਾ ਕੀ ਲਾਹਾ ਮਿਲਦਾ ਫਾਇਦਾ ਮਿਲਦਾ। ਮੇਰੀ ਗੱਲ ਸੁਣੋ, ਇਹ ਤਾਂ ਗੱਲਾਂ ਨੇ, ਇਹ ਤਾਂ ਅੱਜ ਨਹੀਂ, ਇਹ ਪਹਿਲਾਂ ਵੀ ਕਈ ਵਾਰ ਹੋਈਆਂ ਨੇ ਗੱਲਾਂ, ਚਰਚਾ ਚੱਲਦੀ ਰਹਿੰਦੀਆਂ। ਐਸੀ ਕੋਈ ਗੱਲ ਨਹੀਂ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਇੱਕ ਟੁੱਟ ਰਿਸ਼ਤਾ, ਅਤੇ ਅਸੀਂ ਇਕੱਠੇ ਪਹਿਲਾਂ ਵੀ ਚੋਣ ਲੱਗਿਆ ਅੱਗੇ ਵੀ ਇਕੱਠੇ ਲੜਾਂ। ਕਿਉਂਕਿ ਬੜਾ ਸਖ਼ਤ ਕਾਨੂੰਨ ਇਸ ਸੰਬੰਧੀ ਬਣਾਉਣ ਦੀ ਲੋੜ ਹੈ, ਅਤੇ ਇਹ ਜਿਹੜੀ ਪ੍ਰਵਿਰਤੀ ਹੈ, ਮੈਂ ਤੈਨੂੰ ਇੱਕ ਰਾਕਸ਼ਸੀ ਪ੍ਰਵਿਰਤੀ ਸਮਝਦਾ, ਇਹ ਦਿਨ ਪਰ ਦਿਨ ਵੱਧ ਰਹੀ ਹੈ। ਅਤੇ ਜਦ ਤੱਕ ਲੋਕਾਂ ਦੇ ਮਨ ਵਿੱਚ ਪੁਲਿਸ ਦਾ ਜਾਂ ਕਾਨੂੰਨ ਦਾ ਡਰ ਨਹੀਂ ਹੋਊਗਾ, ਉਹਨਾਂ ਚਿਰ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ। ਐਸਿਆਂ ਨੂੰ ਬੜੀ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ, ਅਤੇ ਇਹੋ ਜਿਹੇ ਨੂੰ ਮੈਂ ਸਮਝਦਾ ਜੇ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਵੇ ਉਹ ਘੱਟ ਹੈ। ਸੋ ਇਹਦੇ ਵਿੱਚ ਚਾਹੇ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ, ਜੋ ਵੀ ਕਰਨਾ ਪੈਂਦਾ ਉਹ ਕਰਨਾ ਚਾਹੀਦਾ, ਕਿਉਂਕਿ ਇਹ ਬੱਚਿਆਂ ਦੇ ਜਿਹੜਾ ਹੈ ਪੂਰਾ ਜੀਵਨ ਬਰਬਾਦ ਹੋ ਜਾਂਦਾ ਜਿਹੜੇ ਬੱਚਿਆਂ ਦਾ ਐਸਾ ਹੁੰਦਾ। ਪੂਰੀ ਜ਼ਿੰਦਗੀ ਉਹ ਮਾਨਸਿਕ ਤੌਰ 'ਤੇ ਜਿਹੜਾ ਨੋਰਮਲ ਨਹੀਂ ਹੋ ਸਕਦੇ, ਨਾ ਹੀ ਉਹਨਾਂ ਦੀ ਜਿਹੜੀ ਹੈ ਜੀਵਨ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਜੋ ਜੀਵਨ ਜਿਉਣ ਦੀ ਇੱਛਾ ਸ਼ਕਤੀ ਹੁੰਦੀ ਹੈ ਉਹ ਵੀ ਕਈਆਂ ਦੇ ਵਿੱਚ ਮੈਂ ਦੇਖਿਆ ਵਿਚਾਰਿਆਂ 'ਚ ਖਤਮ ਹੋ ਜਾਂਦੀ ਹੈ। ਸੋ ਐਸੇ ਲੋਕਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਲੋਕ ਐਸੀ ਘਟਨਾਵਾਂ ਕਰਦੇ। ਅਸੀਂ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਨੂੰ, ਸਾਡੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਫੈਸਲਾ ਜ਼ਰੂਰ ਲੈਣਾ ਚਾਹੀਦਾ। ਜਿਹੜੇ ਲੋਕ ਅਸਤੀਫਾ ਦੇ ਚੁੱਕੇ ਨੇ, ਜਿਹੜੇ ਪਾਰਟੀ ਦੇ ਵਿਰੁੱਧ ਚੋਣ ਲੜ ਚੁੱਕੇ ਨੇ, ਹੁਣ ਉਹਨਾਂ ਦੇ ਖਿਲਾਫ਼ ਤਾਂ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਹੋਣੀ ਚਾਹੀਦੀ ਹੈ, ਅਤੇ ਜੇ ਨਹੀਂ ਹੁੰਦੀ ਹੈ ਉਸਦਾ ਮਤਲਬ ਵੀ ਜਿਹੜੇ ਨੇ ਕਾਂਗਰਸ ਅਤੇ ਉਹ ਸਾਰੇ ਰਲੇ ਹੋਏ ਨੇ। ਜਿਹੜਾ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ, ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਇਹ ਕਾਂਗਰਸ ਦੇ ਨਾਲ ਅਤੇ ਉੱਥੋਂ ਦੀ ਕਾਂਗਰਸ ਦੀ ਲੀਡਰਸ਼ਿਪ ਨਾਲ ਰਲੇ ਹੋਏ ਨੇ ਕਿ ਜੇ ਕੋਈ ਫੈਸਲਾ ਨਹੀਂ ਕਰਦੇ ਤਾਂ ਉਹਨਾਂ ਚਿਰ ਸਾਡੀ ਕੁਰਸੀ ਬਚੀ।